ਹੋਇਆ ਜਦ ਇਜ਼ਰਾਇਲ ਦਾ ਪਾਤਸ਼ਾਹ ਜਦ ਇਸਰਾਇਲ ਦਾ ਪਾਤਸ਼ਾਹ ਕੰਧ ਉੱਤੇ ਤੁਰਿਆ ਜਾਂਦਾ ਸੀ ਇੱਕ ਤੀਵੀਂ ਨੇ ਤਦ ਇੱਕ ਤੀਵੀਂ ਨੇ ਇਹ ਆਖ ਕੇ ਇਹ ਦੁਹਾਈ ਦਿੱਤੀ ਹੇ ਮੇਰੇ ਮਹਾਰਾਜਾ ਪਾਤਸ਼ਾਹ ਤੁਸੀਂ ਹੁਣ ਮੈਨੂੰ ਬਚਾ ਲੋ। ਉਹ ਅੱਗੋ ਪਾਤਸ਼ਾਹ ਬੋਲਿਆ ਯਹੋਵਾ ਹੀ ਤੁਹਾਨੂੰ ਨਾ ਬਚਾਵੇ ਤੁਹਾਨੂੰ ਮੈਂ ਕਿੱਥੋਂ ਬਚਾ ਲਵਾਂਗਾ। ਇਸ ਮਾਂ ਮਾਈ ਤੋਂ ਸਾਡਾ ਆਪਣਾ ਜਿਹੜਾ ਰਾਜਾ ਉਹ ਵੀ ਨਹੀਂ ਬਚਾ ਸਕਦਾ। ਇਸ ਬਾਵਾ ਤੋਂ ਕੋਈ ਵੀ ਨਹੀਂ ਬਚਾ ਸਕਦਾ ਸਿਵਾਏ ਪਰਮੇਸ਼ਵਰ ਤੋਂ, ਸਿਵਾਏ ਪ੍ਰਭੂ ਤੋਂ। ਪ੍ਰਭੂ ਦੇ ਕੋਲ ਆ ਜਾਓਗੇ ਤੇ ਇਸ ਬਾਵਾ ਤੋਂ ਬਚ ਜਾਓਗੇ। ਪ੍ਰਭੂ ਦੇ ਕੋਲ ਆ ਜਾਓਗੇ ਤੇ ਪ੍ਰਭੂ ਕੀ ਕਰੇਗਾ, ਤੁਹਾਨੂੰ ਬਚਾ ਲਵੇਗਾ। ਜਿਵੇਂ ਇਹ ਤੀਵੀਂ ਕੀ ਕਰ ਰਹੀ ਆ, ਜਿਵੇਂ ਇਸਰਾਇਲ ਦਾ ਰਾਜਾ ਜਿਹੜਾ ਵਾ ਉਹ ਕੀ ਕਰ ਰਿਹਾ ਵਾ, ਕੰਧ ਦੇ ਉੱਤੇ ਤੁਰਿਆ ਜਾ ਰਿਹਾ ਵਾ। ਜਿਵੇਂ ਅੱਜ ਬਹੁਤ ਸਾਰੀਆਂ ਬੇਟੀਆਂ, ਬਹੁਤ ਸਾਰੇ ਭੈਣ ਭਰਾ ਦੁਹਾਈ ਦੇ ਰਹੇ ਨੇ, ਪ੍ਰਧਾਨ ਮੰਤਰੀ ਅੱਗੇ ਰੌਲਾ ਪਾ ਰਹੇ ਨੇ ਕਿ ਪ੍ਰਧਾਨ ਮੰਤਰੀ ਜੀ ਬਚਾ ਲੋ, ਮੇਰੇ ਸਾਹਿਬ ਜੀ ਬਚਾ ਲੋ, ਮੇਰੇ ਪਾਤਸ਼ਾਹ ਜੀ ਬਚਾ ਲੋ। ਅਸੀਂ ਭੁੱਖ ਨਾਲ ਮਰ ਗਏ, ਅਸੀਂ ਮਹਾਮਾਰੀ ਨਾਲ ਮਰ ਗਏ, ਅਸੀਂ ਇਸ ਕਾਲ ਦੇ ਨਾਲ ਮਰ ਗਏ। ਸਾਡੇ ਘਰ ਰੋਟੀ ਨਹੀਂ ਆ, ਸਾਡੇ ਘਰ ਪਾਣੀ ਨਹੀਂ ਆ, ਸਾਡੇ ਘਰ ਯੇ ਨਹੀਂ ਆ, ਅਸੀਂ ਮਰ ਗਏ। ਅੱਜ ਬਹੁਤ ਸਾਰੇ ਇਹੀ ਪੂਰੇ ਵਰਲਡ ਦੇ ਵਿੱਚ ਰੌਲਾ ਪੈ ਰਿਹਾ, ਬਚਾ ਲੋ। ਬਚਾਉਣ ਦੇ ਲਈ ਬਹੁਤ ਸਾਰੇ ਪਾ ਲੱਭੇ ਜਾ ਰਹੇ ਨੇ, ਬਚਾਓ ਦੇ ਲਈ ਬਹੁਤ ਸਾਰੇ ਗਿਆਨੀ ਜਿਹੜੇ ਨੇ, ਬਹੁਤ ਸਾਰੇ ਵਿਗਿਆਨੀ ਜਿਹੜੇ ਨੇ ਉਹ ਆਪਣਾ ਜੱਦੋਜਹਿਦ ਕਰ ਰਹੇ ਨੇ ਕਿ ਇਸ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਇਆ ਜਾਵੇ, ਇਸ ਮਹਾਮਾਰੀ ਤੋਂ ਬਚਿਆ ਜਾਵੇ। ਇਹ ਮਹਾਮਾਰੀ ਤੋਂ ਬਚ ਸਕਦੇ ਹੋ ਤੇ ਬਚਾਉਣ ਵਾਲਾ ਇੱਕੋ ਹੀ ਆ, ਜਿਹੜਾ ਡਾਕਟਰਾਂ ਦਾ ਡਾਕਟਰ ਤੇ ਜਿਹੜਾ ਰਾਜਿਆਂ ਦਾ ਰਾਜਾ, ਜਿਹੜਾ ਪ੍ਰਭੂਆਂ ਦਾ ਵੀ ਪ੍ਰਭੂ, ਜਿਹਦਾ ਧਰਤੀ ਜਿਹਦੇ ਪੈਰ ਰੱਖਣ ਦੀ ਚੌਂਕੀ ਆ, ਜਿਹਦਾ ਕਾਸ ਸਿੰਘਾਸਣ ਆ, ਉਹ ਤੁਹਾਨੂੰ ਬਚਾ ਸਕਦਾ ਵਾ, ਵਰਨਾ ਕੋਈ ਬਚਾ ਸਕਦਾ ਨਹੀਂ ਆ। ਜੇ ਬਚਣਾ ਵਾ ਤੇ ਅੱਜ ਹੀ ਘੁਟਣਿਆਂ ਭਾਰ ਹੋ ਜਾਓ ਤੇ ਅੱਜ ਹੀ ਆਪਣੀ ਬੁਰਿਆਈ ਛੱਡ ਦੋ, ਅੱਜ ਹੀ ਆਪਣੇ ਪਾਪ ਛੱਡ ਦੋ, ਅੱਜ ਹੀ ਪ੍ਰਭੂ ਦੇ ਚਰਨਾਂ ਵਿੱਚ ਆ ਜਾਓ ਤੇ ਪ੍ਰਭੂ ਤੁਹਾਨੂੰ ਬਚਾਲੇਗਾ। ਇਸ ਟਾਈਮ ਤੇ ਤੁਹਾਨੂੰ ਇਹ ਪ੍ਰਧਾਨ ਮੰਤਰੀ ਵੀ ਨਹੀਂ ਬਚਾ ਸਕਦਾ, ਬਚ ਸਕਦੇ ਹੋ ਤੇ ਆਪਣੇ ਘਰਾਂ 'ਚ ਰਹਿ ਕੇ ਪਰਮੇਸ਼ਵਰ ਦੇ ਚਰਨਾਂ 'ਚ ਰਹੋ, ਟੀਵੀ ਨਾ ਵੇਖੋ, ਪ੍ਰਭੂ ਦੇ ਅੱਗੇ ਦੁਹਾਈ ਦਿਓ ਤੇ ਵਰਤ ਰੱਖੋ। ਜਿਵੇਂ ਪ੍ਰਭੂ ਆਪਣੀਆਂ ਬੱਚੀਆਂ, ਆਪਣੀਆਂ ਬੇਟੀਆਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਆ ਜਾਓ ਤੇ ਮੈਂ ਤੁਹਾਨੂੰ ਆਰਾਮ ਦੇ ਦੂੰਗਾ, ਮੈਂ ਬਚਾ ਲਊਂਗਾ। ਯਸੂ ਦੇ ਕੋਲ ਆ ਜਾਓ ਤੇ ਯਸੂ ਕੀ ਕਰੇਗਾ, ਤੁਹਾਨੂੰ ਬਚਾ ਵੀ ਲਵੇਗਾ। ਅੱਜ ਕਿਸੇ ਦੇਸ਼ ਦੇ ਉੱਤੇ ਭਾਰੀ ਪਾਪ ਦਾ ਕਾਲ ਆਏ, ਇਹ ਭਾਰੀ ਪਾਪ ਕਰਕੇ ਕਾਲ ਜੇ ਮੇਰੀਓ ਪਿਆਰੀਓ ਭੈਣੋ ਤੇ ਦੋਸਤੋ, ਜੇ ਬਚਣਾ ਚਾਹੁੰਦੇ ਹੋ ਤੇ ਘੁਟਣਿਆਂ ਭਾਰ ਹੋ ਜਾਓ, ਪ੍ਰਭੂ ਦੇ ਕੋਲ ਆ ਜਾਓ, ਪ੍ਰਭੂ ਦੇ ਚਰਨਾਂ 'ਚ ਆ ਜਾਓ। ਜੇ ਤੁਸੀਂ ਬਚਣਾ ਆ ਤੇ ਮੈਂ ਇੱਕ ਵਚਨ ਪੜ੍ਹ ਕੇ ਬੰਦ ਕਰ ਦਾਂਗਾ। ਇਜ਼ਕੀਏਲ 10 ਦੀ 4 ਐਤ ਨੂੰ ਪੜ੍ਹ ਕੇ ਫਿਰ ਆਪਾਂ ਇਸ ਬੱਚੇ ਨੂੰ ਬੰਦ ਕਰਾਂਗੇ। ਜਲਦੀ 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 ਵੇਖੋ, 4:10 ਸੋਰੀ ਮਾਫ ਕਰਨਾ, ਬੜੇ ਧਿਆਨ ਦੇ ਨਾਲ। ਜਦ ਤੂੰ ਖਾਣਾ ਖਾਵੇਂਗਾ, ਤੇਰਾ ਖਾਣਾ ਜੋ ਤੂੰ ਕੁਝ ਖਾਵੇਂਗਾ ਤੋਲ ਅਨੁਸਾਰ ਹੀ ਤੁਹਾਨੂੰ ਕੀ ਮਿਲੇਗਾ, ਖਾਣਾ ਹੁਣ ਤੋਲ ਦੇ ਅਨੁਸਾਰ ਹੀ ਮਿਲੇਗਾ। ਜਿਵੇਂ ਡੀਪੂ ਦੇ ਵਿੱਚੋਂ ਕੀ ਮਿਲ ਰਿਹਾ ਵਾ, ਖਾਣਾ ਹੁਣ ਕਿੱਦਾਂ ਮਿਲ ਰਿਹਾ ਵਾ,
ਕਾਲ ਪਿਆ ਤੇ ਕਿੱਦਾਂ ਪਰਮੇਸ਼ਵਰ ਤੁਹਾਨੂੰ ਕੀ ਕਹਿੰਦਾ ਕਿ ਤੁਹਾਨੂੰ ਹੁਣ ਇਹ ਖਾਣਾ ਕਿੱਦਾਂ ਮਿਲੇਗਾ? ਤੋਲ ਦੇ ਅਨਸਾਰ ਹੀ ਤੁਹਾਨੂੰ, ਜਿਵੇਂ ਸੁਣੋ, ਤੋਲ ਦੇ ਅਨਸਾਰ ਹੀ ਵੇਖੋ, ਜਿਵੇਂ ਘਰ ਦੇ ਵਿਚ ਪੰਜ ਮੈਂਬਰ ਆ ਤੇ ਪੰਜਾਂ ਮੈਂਬਰਾਂ ਨੂੰ ਉਸੇ ਹਿਸਾਬ ਨਾਲ ਕਿ ਡੀਪੂ ਦੇ ਵਿਚੋਂ ਰਾਸ਼ਨ ਮਿਲ ਰਿਹਾ, ਤੋਲ ਦੇ ਨਾਲ ਮਿਲ ਰਿਹਾ ਵਾ। ਇਹ ਵੀ ਖੁਦਾ ਦਾ ਸ਼ੁਕਰ ਕਰੋ ਕਿ ਤੁਹਾਨੂੰ ਸਰਕਾਰ ਇਹ ਤੁਹਾਨੂੰ ਡੀਪੂ ਦੇ ਦੁਆਰਾ ਤੁਹਾਨੂੰ ਕੀ ਆ, ਤੋਲ ਦੇ, ਕਿਉਂਕਿ ਬਾਈਬਲ ਦੇ ਵਿਚ ਪਹਿਲੇ ਲਿਖ ਦਿੱਤਾ ਕਿ ਕਈ ਹਜ਼ਾਰ ਸਾਲ ਪਹਿਲੇ ਹੀ, 4000 ਸਾਲ ਪਹਿਲੇ ਇਹ ਗੱਲ ਲਿਖੀ ਆ ਕਿ ਤੁਹਾਨੂੰ ਤੋਲ ਦੇ ਅਨੁਸਾਰ ਕੀ ਮਿਲੇਗਾ, ਖਾਣਾ ਮਿਲੇਗਾ। ਉਹਨਾਂ ਮਿਣ ਕੇ ਮਿਲ ਰਿਹਾ ਵਾ, ਜੇ ਜੇ ਪੱਕਿਆ ਪਕਾਇਆ ਵੀ ਮਿਲਦਾ ਵਾ ਤੇ ਉਹ ਵੀ ਤੋਲ ਦੇ ਨਾਲ ਮਿਲਦਾ। ਪੁੱਛਿਆ ਜਾਂਦਾ ਕਿੰਨੇ ਜਣੇ ਹੋ, ਫੁਲਕੇ ਵੀ ਗਿਣਤੀ ਨਾਲ ਮਿਲਦੇ ਨੇ, ਦਾਲ ਵੀ ਉਸੇ ਹਿਸਾਬ ਨਾਲ ਦਿੱਤੀ ਜਾ ਰਹੀ ਆ। ਹਾਂਜੀ ਪੜ੍ਹਦੇ ਬੇਟਾ, ਤੂੰ ਕਦੇ ਕਦੇ ਖਾਵੀ, ਜੇ ਇਹ ਹੁਣ ਜੇ ਰਾਸ਼ਨ ਮੁੱਕ ਗਿਆ ਨਾ ਤੇਰੇ ਕੋਲ, ਇਹ ਜਿੰਨਾ ਚਿਰ ਕਾਲ ਆ, ਚਾਹੇ 3 ਮਹੀਨੇ ਆ ਚਾਹੇ ਮਹੀਨਾ ਵਾ, ਮੈਂ ਇਹਦੀ ਕੋਈ ਭਵਿੱਖਬਾਣੀ ਨਹੀਂ ਕਰਦਾ, ਪਰ ਇਹ ਖੁਦਾ ਦਾ ਵਚਨ ਦੱਸਦਾ ਵਾ ਕਿ ਤੂੰ ਇਸ ਲੰਗਰ ਨੂੰ, ਇਸ ਖਾਣੇ ਨੂੰ ਕਦੇ ਕਦੇ ਖਾਵੀ, ਜ਼ਿਆਦਾ ਪੇਟੂ ਨਾ ਬਣ ਜਾਈ ਕਿ ਫਟਾਫਟ ਹੁਣ ਸਰਕਾਰ ਵੱਲੋਂ ਮਿਲ ਗਿਆ ਤੇ ਇੱਕੋ ਦਿਨ ਚ ਕਰੀਏ ਮਕਾ ਦਈਏ। ਇਹ ਖੁਦਾ ਵਚਨ, ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਵਚਨ ਪ੍ਰਭੂ ਤੁਹਾਨੂੰ ਅੱਜ ਨਵਾਂ ਦੇਵੇਗਾ। ਹਾਂਜੀ ਪਾਣੀ ਵੀ ਮਿਣ ਕੇ ਪੀਵੀ, ਪਾਣੀ ਦਾ ਵੀ ਕਾਲ ਪੈ ਸਕਦਾ ਜੇ, ਪਾਣੀ ਦਾ ਵੀ ਕੀ ਪੈ ਸਕਦਾ ਜੇ, ਇਹ ਜੇ ਪਾਣੀ ਦਾ, ਜੇ ਰੋਟੀ ਦਾ, ਅਜੇ ਬਾਹਰ ਅੰਦਰ ਜਾਣ ਦਾ ਕਾਲ ਪਿਆ ਵਾ, ਵਚਨ ਦੇ ਵਿੱਚ ਲਿਖਿਆ ਪਹਿਲੇ ਹੀ, ਕਈ ਹਜ਼ਾਰ ਸਾਲ ਪਹਿਲੇ ਲਿਖ ਦਿੱਤਾ, ਪਾਣੀ ਦਾ ਵੀ ਕੀ ਪੈ ਜਾਏਗਾ ਕਾਲ ਪੈ। ਅੱਜ ਤੇ ਤੁਹਾਨੂੰ ਸੁਣਾਉਣ ਵਾਲੇ ਟੀਵੀ ਦੇ ਉੱਤੇ ਬੜੇ ਮਿਲਦੇ ਨੇ, ਫੇਸਬੁੱਕ ਤੇ ਵੀ ਬੜੇ ਦੇਖਦੇ ਜੇ, ਪਰ ਜਦੋਂ ਉਹ ਸਮਾਂ ਆਏਗਾ ਨਾ ਤੇ ਤੁਹਾਨੂੰ ਇੱਕ ਵੀ ਲੱਭੇਗਾ ਨਹੀਂ, ਪਰ ਉਹ ਲੱਭਣਗੇ ਜਿਹੜੇ ਪਰਮੇਸ਼ਵਰ ਦੇ ਖੁਦ ਚੁਣੇ ਹੋਣਗੇ, ਉਹ ਡਟੇ ਰਹਿਣਗੇ, ਉਹ ਪਰਮੇਸ਼ਵਰ ਦੇ ਲਈ ਚਾਪਕ ਵੀ ਖਾਣਗੇ, ਉਹ ਪਰਮੇਸ਼ਵਰ ਦੇ ਲਈ ਹਾਕਮਾਂ ਦੇ ਕੋਲ ਵੀ ਚਲੇ ਜਾਣਗੇ, ਉਹ ਪਰਮੇਸ਼ਵਰ ਦੇ ਲਈ ਸਾਰਾ ਕੁਝ ਕਰਨਗੇ, ਉਹ ਪਰਮੇਸ਼ਵਰ ਦੇ ਲਈ ਕਰੋਨਾ ਵਾਇਰਸ ਦੇ ਨਾਲ ਵੀ ਲੜਨਗੇ, ਉਹਨਾਂ ਨੂੰ, ਉਹਨਾਂ ਦੇ ਲਈ ਪ੍ਰਾਰਥਨਾ ਕਰਨਗੇ, ਉਹਨਾਂ ਦੇ ਉੱਤੇ ਹੱਥ ਰੱਖ ਕੇ ਕੀ ਕਰਨਗੇ, ਪ੍ਰਾਰਥਨਾ ਕਰਨਗੇ, ਉਹ ਡਰਨਗੇ ਨਹੀਂ। ਅੱਜ ਤੂੰ ਕਦੇ ਕਦੇ ਪੀਣਾ, ਤੂੰ ਕਦੇ ਕਦੇ ਪੀਣਾ, ਤੂੰ ਜੋ ਦੇ ਫੁਲਕੇ ਖਾਵੀ, ਕਿਤੇ ਉਹ ਦੂਜੇ ਪਹਿਲੇ ਵਾਲੇ ਫੁਲਕੇ ਨਾ ਖਾਣ ਲੱਗ ਪਈ, ਕਿਉਂਕਿ ਹੁਣ ਕੀ ਪਿਆ ਹੋਇਆ ਵਾ, ਕਾਲ। ਮੇਰੀ ਉਹ ਪਿਆਰੀ ਉਹ ਭੈਣੋ, ਕਾਲ ਦੇ ਵਿੱਚ ਬਹਿ ਕੇ ਕੀ ਕਰੋ, ਪ੍ਰਾਰਥਨਾ ਕਰੋ, ਖੁਦਾ ਦੇ ਅੱਗੇ ਬੰਦਗੀ ਹੀ ਕਰੋ। ਇਹ ਮੇਰੀ ਉਹ ਪਿਆਰੀ ਉਹ ਭੈਣੋ, ਖੁਦਾ ਤੁਹਾਨੂੰ ਵਚਨਾਂ ਦੋ